ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਦਾ ਸਮਾਗਮ ਕਰਾਇਆ ਗਿਆ? ਅੱਜ ਬਾਬਾ ਗਾਜੀ ਦਾਸ ਕਲੱਬ ਦੇ ਪ੍ਰਧਾਨ ਤੇ ਸਾਰੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਜੋ ਬਹੁਤ ਹੀ ਸਤਿਕਾਰਯੋਗ ਸਰਦਾਰ ਮਿਲਖਾ ਸਿੰਘ ਜੀ ਜਿਨ੍ਹਾਂ ਦੀ ਥੋੜ੍ਹੇ ਦਿਨ ਪਹਿਲਾਂ ਇਸ ਦੁਨੀਆ ਤੋਂ ਚਲੇ ਗਏ, ਉਹਨਾਂ ਨੂੰ ਸ਼ਰਧਾਂਜਲੀ ਸਮਾਰੋਹ ਸੀ ਜਿੱਥੇ ਸਰਦਾ ਦੇ ਫੁੱਲ ਭੇਟ ਕੀਤੇ। ਉੱਥੇ ਨਾਲ ਜੋ ਇਸ ਇਲਾਕੇ ਦੇ ਵਿੱਚ ਸ਼ਹੀਦ ਪਰਿਵਾਰ ਸੀ ਜਿਨ੍ਹਾਂ ਨੇ ਯੁੱਧ ਦੇ ਵਿੱਚ ਸਹਾਇਤਾ ਪ੍ਰਾਪਤ ਕੀਤੀਆਂ, ਉਹਨਾਂ ਨੂੰ ਮਾਣ ਸਨਮਾਨ ਉਹਨਾਂ ਨੂੰ ਸੁਪਾਓ ਅਤੇ ਉਹਨਾਂ ਨੂੰ ਮੈਡਲ ਦੇ ਗੋਲਡ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ। ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਵਾਸਤੇ ਕੀ ਕਹਿਣਾ ਚਾਹੁੰਦੇ ਹੋ? ਕਿਸ ਤਰ੍ਹਾਂ ਲੋਕ ਜਿਹੜਾ ਕਿ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਕਰਨ? ਬਾਣੀ ਦੇ ਸ਼ਬਦ ਆ, ਆਪਣਾ ਹੱਥੀ ਆਪਣਾ ਆਪੇ ਹੀ ਕਾਰ ਸਵਾਰੀ। ਅਸੀਂ ਜਿੱਥੇ ਰਹਿੰਦੇ ਜਿਸ ਘਰ 'ਚ ਰਹਿੰਦੇ ਉਹਨੂੰ ਸਾਫ਼ ਰੱਖੀਏ, ਘਰ ਤੋਂ ਬਾਹਰ ਅਸੀਂ ਗਲੀ ਮੁਹੱਲਾ ਪਿੰਡ ਆਲੇ ਦੁਆਲੇ ਜਦੋਂ ਅਸੀਂ ਸਾਰੇ ਜਾਗਰੂਕ ਹੋਵਾਂਗੇ, ਕਿਉਂਕਿ ਅਤੇ ਉਸ ਵੇਲੇ ਜਿਹੜਾ ਹੈਗਾ ਜਦੋਂ ਹਰ ਥਾਂ ਸਫਾਈ ਹੋਊਗੀ, ਹਰ ਇੱਕ ਜ਼ਿੰਮੇਵਾਰੀ ਸਮਝੂਗਾ, ਅਤੇ ਫਿਰ ਜਿਹੜਾ ਹੈਗਾ ਵਾਤਾਵਰਨ ਆਪੇ ਸਾਫ਼ ਹੋਊਗਾ। ਸਾਨੂੰ ਅੱਜ ਜੁਲਾਈ ਦਾ ਮਹੀਨਾ, ਵੱਧ ਤੋਂ ਵੱਧ ਦਰਖਤ ਲਾਉਣੇ ਚਾਹੀਦੇ ਆ, ਇਹ ਦਿਨ ਦਰਖਤ ਲਾਉਂਦੇ ਆ। ਜਿੰਨੇ ਅਸੀਂ ਦਰਖਤ ਲਾਵਾਂਗੇ, ਆਪਾਂ ਦੇਖਿਆ ਕਿਆ ਕੋਵਿਡ ਬਿਮਾਰੀ ਕਰਕੇ ਵੱਡੇ ਸ਼ਹਿਰਾਂ ਦੇ ਵਿੱਚ ਕਿਸ ਤਰ੍ਹਾਂ ਆਕਸੀਜਨ ਤੋਂ ਬਿਨਾਂ ਕਈ ਜਾਨਾਂ ਇਸ ਦੁਨੀਆ ਤੋਂ ਚਲੇ ਗਈਆਂ। ਸੋ ਜਿਹੜੇ ਜਿਸ ਤਰ੍ਹਾਂ ਦਾ ਵਾਤਾਵਰਨ ਅਸੀਂ ਬਣਾਈ ਜਾ ਰਹੇ ਹਾਂ, ਦਰਖਤ ਵੱਢੀ ਜਾ ਰਹੇ ਹਾਂ, ਹਵਾ ਨੂੰ ਪਲਿਊਟ ਕਰੀ ਜਾ ਰਹੇ ਹਾਂ, ਅਤੇ ਇਹਦੇ ਨਾਲ ਨਾਲ ਜਿਹੜਾ ਹੈਗਾ ਜੋ ਇਹਦੇ ਖਮਿਆਜੇ ਆ ਅਸੀਂ ਭੁਗਤ ਵੀ ਰਹੇ ਹਾਂ, ਅਤੇ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣੇ ਵੀ ਪੈਣਗੇ ਜੋ ਅਸੀਂ ਨਦੀਆਂ ਦਰਿਆਵਾਂ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਸਾਰੇ ਰਲ ਕੇ ਵਾਤਾਵਰਨ ਨੂੰ ਜਿੱਥੇ ਜਾਏ ਬਈਏ ਭਲਾ ਕਹੀਏ। ਅਸੀਂ ਜਿੱਥੇ ਵੀ ਰਹਿ ਰਹੇ ਹਾਂ, ਜਿਸ ਮੁਲਕ 'ਚ ਰਹਿ ਰਹੇ ਹਾਂ, ਜਿਸ ਧਰਤੀ 'ਤੇ ਰਹਿ ਰਹੇ ਹਾਂ, ਉਹਦਾ ਭਲਾ ਸੋਚਣਾ, ਉਹਦੇ ਬਾਰੇ ਉਹਨੂੰ ਹਰਿਆ ਭਰਿਆ ਰੱਖਣਾ, ਸਾਫ਼ ਸੁਥਰਾ ਰੱਖਣਾ, ਇਹ ਸਾਡੀ ਜ਼ਿੰਮੇਵਾਰੀ ਹੈ। ਸਾਨੂੰ ਸਾਰਿਆਂ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਰੱਖਣ ਲਈ, ਵਾਤਾਵਰਨ ਨੂੰ, ਨਦੀਆਂ ਨੂੰ ਪ੍ਰਦੂਸ਼ਿਤ ਹੋਣ ਨੂੰ ਬਚਾਉਣ ਲਈ ਕਰਦੇ ਹੋ, ਪਰ ਸਰਕਾਰਾਂ ਕਿਤੇ ਨਾ ਕਿਤੇ ਆਪਣੀ ਜਿਹੜੀ ਜ਼ਿੰਮੇਵਾਰੀ ਤੋਂ ਭੱਜਦੀਆਂ। ਕੀ ਲੱਗਦਾ ਸਰਕਾਰਾਂ ਨੂੰ? ਇਹੀ ਕਾਰਨ ਆ ਕਿ ਸਰਕਾਰਾਂ ਨੇ ਜੇ ਕੀਤੇ ਹੁੰਦੇ ਕਿਸੇ ਨੂੰ ਕੋਈ ਲੋੜ ਹੀ ਨਹੀਂ। ਇਹ ਤਾਂ ਸਰਕਾਰਾਂ ਦੀ ਡਿਊਟੀ ਹੈ, 1974 ਦਾ ਐਕਟ ਕਦੋਂ ਦਾ ਬਣਿਆ ਹੋਇਆ, ਸਰਕਾਰਾਂ ਨੂੰ ਲਾਗੂ ਕਰਾਉਣਾ ਚਾਹੀਦਾ ਸੀ। ਕਿੰਨੇ ਸਾਲ ਹੋ ਗਏ, 1974 ਦਾ ਐਕਟ ਨਹੀਂ ਲਾਗੂ ਹੋਇਆ। ਇਹ ਤਾਂ ਸਰਕਾਰਾਂ ਹੁਣ ਤੱਕ ਜਿੰਨੀਆਂ ਵੀ ਆਈਆਂ ਸਾਰੀਆਂ ਨੂੰ ਕਰਾਉਣ ਦੇ ਅਮਲ ਕਰਾਉਣ 'ਚ ਫੇਲ ਰਹੀ ਹੈ। ਕਿੰਨਾ ਕੁ ਲੱਗਦਾ ਹੈ ਤੁਸੀਂ ਵੱਡਾ ਇੱਕ ਕਾਲੀ ਬੇਈ ਤੋਂ ਲੈ ਕੇ ਸਾਰਾ ਬੰਬੀਆਂ ਦੇ ਵਿੱਚੋਂ ਜਿਹੜੀ ਕਿ ਸੰਗਰੂਰ ਜਾਂ ਉੱਧਰ ਸਾਈਡ ਦੀਆਂ ਬੰਬੀਆਂ ਉਹਨਾਂ ਦੇ ਵਿੱਚੋਂ ਲਾਲ ਪਾਣੀ ਜਿਹੜਾ ਜ਼ਹਿਰੀਲਾ ਪਾਣੀ ਆਇਆ, ਕੀ ਲੱਗਦਾ ਜਿਹੜੇ ਪ੍ਰਸ਼ਾਸਨ ਵੱਲੋਂ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਜਿਹੜੀਆਂ ਜ਼ਹਿਰੀਲੀਆਂ? ਕਿਉਂਕਿ ਹੁਣ ਤੱਕਰ ਨਹੀਂ ਦਿੱਤਾ ਜਾ ਰਿਹਾ ਸੀ, ਨਹੀਂ ਸੁਣਿਆ ਜਾ ਰਿਹਾ ਸੀ, ਕਿਉਂਕਿ ਜਿਹੜਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਆ ਇਹਨਾਂ ਦੇ ਉੱਤੇ ਸਿਆਸੀ ਦਬਾਅ ਹੁੰਦਾ। ਇੰਡਸਟਰੀ ਕਿਸੇ ਗਰੀਬ ਨੇ ਨਹੀਂ ਲਾਈ, ਅਤੇ ਜਿਹੜੀਆਂ ਮਿਊਂਸੀਪਲ ਕਮੇਟੀਆਂ ਉਹ ਕੋਈ ਗਰੀਬ ਨਹੀਂ ਹੈ, ਅੱਧੀ ਅਰਧ ਜਿਹੜੀਆਂ ਹੈਗੀਆਂ ਉਹ ਸਰਕਾਰਾਂ ਹੁੰਦੀਆਂ। ਜਦੋਂ ਸਰਕਾਰਾਂ ਹੀ ਜਿਹੜੇ ਜਿਹਨਾਂ ਹੈਗੇ ਆ ਉਹ ਉਹਦੇ ਵੱਲ ਖਿਆਲ ਨਾ ਕਰਨ, ਉਹ ਉਹਨਾਂ ਲੋਕਾਂ ਦੀ ਸਪੋਰਟ ਕਰਨ ਜਿਹੜੇ ਪਰਿਆਵਰਨ ਨੂੰ ਖਰਾਬ ਕਰਦੇ ਆ, ਅਤੇ ਫਿਰ ਜਿਹੜੀ ਹੈਗੀ ਹੈ ਇਹ ਹਾਲਤ ਹੋਣਾ ਹੀ ਸੀ। ਜਿਹੜੀਆਂ ਫੈਕਟਰੀਆਂ ਜ਼ਹਿਰੀਲਾ ਪਾਣੀ ਜਾਂ ਉਹ ਥੱਲੇ ਸਿੜਦੀਆਂ ਉਹਨਾਂ ਦੇ ਉੱਤੇ ਜਿਹੜੀ ਤੁਸੀਂ ਫੈਕਟਰੀ ਦੀ ਗੱਲ ਕਰਦੇ ਆ ਉਹ ਪਹਿਲਾਂ ਹੀ ਜਿਹੜੀ ਹੈਗੀ ਹੈ ਉਹਨੂੰ 2 ਕਰੋੜ ਦਾ ਫਾਈਨ ਜਿਹੜਾ ਹੈਗਾ ਪੋਲਿਊਸ਼ਨ ਜਿਹੜਾ ਹੈਗਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕੀਤਾ, ਅਤੇ ਹੁਣ ਫਿਰ ਉਹਨਾਂ ਦੀ ਖਿਚਾਈ ਜਿਹੜੀ ਹੈਗੀ ਸ਼ੁਰੂ ਹੋ ਰਹੀ ਹੈ ਉੱਥੇ ਆਲੇ ਦੁਆਲੇ ਜੋ ਕੁਛ ਵੀ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇਹ ਸਿੱਧੇ ਤੌਰ 'ਤੇ ਦਖਲ ਦੇ ਰਿਹਾ। ਕੋਈ ਵੀ ਕਿਤੇ ਵੀ ਕੰਪਲੇਂਟ ਆ ਤੁਸੀਂ ਸਿੱਧੇ ਤੌਰ 'ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਕਰੋ, ਉਹ ਜਵਾਬ ਵੀ ਦਿੰਦਾ ਅਤੇ ਉਹਦੇ ਅਮਲ ਵੀ ਕਰਦਾ। ਅਤੇ ਸਾਨੂੰ ਸੁਚੇਤ ਇਹੀ ਤਾਂ ਕਹਿੰਦਾ, ਸਾਨੂੰ ਜਾਗਰੂਕ ਹੋਣਾ ਚਾਹੀਦਾ, ਜਿੱਥੇ ਜਿੱਥੇ ਜੋ ਕੁਛ ਵੀ ਗਲਤ ਹੋ ਰਿਹਾ ਉਹਦੀ ਕੰਪਲੇਂਟ ਕਰ ਲੈ ਕੇ ਸੰਦੇਸ਼ ਦਿੱਤਾ ਹੈ। ਕਿੰਨਾ ਕੁ ਅਸਰ ਲੱਗਦਾ ਹੈ ਕਿ ਹਜੇ ਕਿੰਨੇ ਕਦਮ? ਜਦੋਂ ਅਸੀਂ 2000 ਦੇ ਵਿੱਚ ਸ਼ੁਰੂ ਕੀਤਾ ਅਤੇ ਉਸ ਵੇਲੇ ਜਿਹੜੇ ਪੜ੍ਹੇ ਲਿਖੇ ਲੋਕ ਵੀ ਟੀਚਰਾਂ ਕਰਦੇ ਸੀ, ਨਦੀ ਦੇ ਉੱਤੇ ਬੂਟੀ ਕੱਢਣ ਲੱਗੇ, ਕਹਿੰਦੇ ਸੀ ਕਿੰਨਾ ਕੁ ਚਿਰ ਕਰ ਲੈਣਗੇ, ਇੱਕ ਫਿਰ ਆਜੂਗੀ, ਹੋਰ ਆਜੂਗੀ, ਅਤੇ ਸਗੋਂ ਅਸੀਂ ਉਹਨਾਂ ਨੂੰ ਕਹਿੰਦੇ ਤੁਸੀਂ ਸਾਨੂੰ ਹੌਸਲਾ ਦਿਓ, ਸਾਨੂੰ ਡਰਾਉਣਾ, ਜੇ ਆਜੂਗੀ ਤਾਂ ਅਸੀਂ ਫਿਰ ਕੱਢ ਲਾਂਗੇ, ਫਿਰ ਆਊਗੀ ਤਾਂ ਫਿਰ ਕਰਾਂਗੇ, ਅਸੀਂ ਜਾਂਦੇ ਨਹੀਂ। ਸੋ ਇਹ ਤਾਂ ਜਿਹੜਾ ਹੈਗਾ ਉਹਦੇ ਨਾਲ ਇੱਕ ਬਹੁਤ ਵੱਡੀ ਪ੍ਰਸ਼ਾਸਨਿਕ ਤੌਰ 'ਤੇ, ਸਮਾਜਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ ਦੁਨੀਆ ਭਰ ਦੇ ਵਿੱਚ ਇੱਕ ਚੇਤਨਾ ਆਈ ਹੈ, ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਹੈਗਾ ਇਨਵਾਇਰਮੈਂਟ ਨੂੰ ਕੋਈ ਤਰਜੀਹ ਨਹੀਂ ਸੀ ਦਿੰਦਾ, ਤਦੇ ਹੀ ਸਾਡੇ ਨਦੀਆਂ ਦਰਿਆ ਪ੍ਰਦੂਸ਼ਿਤ ਹੋਏ। ਬਾਬਾ ਜੀ, ਜ਼ਮੀਨ ਨਾਲ ਜੁੜੇ ਹੋਏ ਕਿਸਾਨ ਲਗਾ ਦਿੱਤੀ, ਕਿਸਾਨਾਂ ਨੇ ਆਪਣੇ ਹੱਕਾਂ ਦੇ ਲਈ ਕਿ ਬਿੱਲ ਰੱਦ ਕਰੇ ਜਾਣ, ਹਜੇ ਵੀ ਰਵੱਈਆ ਕੇਂਦਰ ਦਾੜੀ ਵਾਲਾ, ਇਹਦੇ ਉੱਤੇ ਕੀ ਤੁਹਾਡਾ? ਕਿਉਂਕਿ ਇਹ ਤਾਂ ਜਿਹੜਾ ਹੈਗਾ, ਕਿਉਂਕਿ ਕਿਸਾਨਾਂ ਦੀ ਜਿਹੜੀ ਹੈਗੀ ਆ ਅਜੇ ਆ ਕੋਵਿਡ ਦੇ ਵਿੱਚ ਸਭ ਤੋਂ ਵੱਧ ਜੇ ਕੋਈ ਬਚਿਆ ਰਿਹਾ ਵਾ ਜਾਂ ਜਿਨ੍ਹਾਂ ਨੂੰ ਉਹ ਕਿਸਾਨ ਆ, ਕਿਉਂਕਿ ਨਾ ਤਾਂ ਅਸੀਂ ਰੋਟੀ ਪਾਣੀ ਤੋਂ ਬਿਨਾਂ ਤਾਂ ਬਚ ਨਹੀਂ ਸਕਦੇ। ਸੋ ਇਹਨਾਂ ਨੇ ਜਿਹੜਾ ਹੈਗਾ ਜ਼ਿਮੀਂਦਾਰ, ਜੈ ਜਵਾਨ ਜੈ ਕਿਸਾਨ ਦਾ ਨਾਰਾ
शास्त्री जी होना ने लाए साढ़े प्रधानमंत्री होना ने अज जवान जोड़ा है वह सरहदा की राखी कर रहे हैं तो उन्होंने वास्ते भी बहुत कुछ करने की लड़ा है तो जोड़ा किसान सड़कों पर रुल रहा सरकार को सोचना चाहिए तो मसले का हल करना चाहिए। हिमाचल च लगातार 2 साल तो बदल फटन दी घटनावां कह ली की संदेश देना चाहोगे? यही है क्योंकि जदों असी कुदरत नाल छेड़छाड़ करांगे क्योंकि असी थोड़ा थोड़ा करते करते असी गांह वध जाने आ ते जदों उहदा फिर थोड़ा जिहा हलारा वजदा तो उदों सानूं लगदा कि जो कुछ असी कीता वा उहनूं सारे नूं ढह ढेरी करके किन्नियां जानां किन्नी वारी इत्थे हुण बदल फटे आ ये वरदारा बहुत वध रहा। उहदा कारण है कि असी जिहड़ा अनबैलेंस असी कर रहे हैं पर्यावरण नूं जो आपदी मर्जी दे नाल ही दरख्त वड्डी जा रहे हैं कूड़ा करकट जो कुछ भी जिहड़ा हैगा नदियां दरियावां विच सिट्टी जा रहे हैं सो जो कुछ असी कर रहे हैं बाणी कहिंदी जिहा बीजे सो लूणे कर्मा संदराखेत जो असी कर रहे हैं उहदा फल ही वढ रहे हैं। सानूं कर्म जिहड़े हैगे आ उह शुद्ध करने चाहीदे आ इह पर्यावरण नूं बचाउण लई कर्म कर जिहड़ा समागम सी किस तरह तुसीं सुनेहा देणा चाहुंदे हो नौजवानां नूं खिडारियां नूं? अज्ज संत महापुरश आए सी और ये स्कूल वाले ने बड़ा वड्डा उपराला किया तो खास करके बलविंदर अपने सरदार बलविंदर सिंह बाजवा जी के सहयोग न इलाका निवासी बाबा जी ने बुलाया और स्पोर्ट्स वाले इन्होंने अज मैट दिते आ जोड़े साढ़े कारगिल शहीद होए उन्होंने मानदान दिता आ। मैं समझदा कि एक जोड़ा चंगा काम करने वाले उन्होंने इदा ऑनर करना यह साडा फर्ज बनता है तो अज मैं यही इस टाइम मौके पर कहूँगा कि लगता है जोड़े काम सरकार के है वह समाज सेवी लोगों करने पै रहे आखिर सरकार का फिर कितने लग रहा? बिल्कुल महापुरश तुम दस ही गए कि 1992 तो लड़ाई लड़ रहे हैं और कई मुश्किल आई कई लत्तां खिंचन आए ज़्यादा है तो बाबा जी कहते हैं तुम ना जो दूसरे ने लीह खिंची तो उदू लम्मी खिंचो वो मिटाने की कोशिश ना करो तो ये कर रहे अं भी इन्हों लगे हाँ अं स्पोर्ट्स में भी लगे हाँ जदों साड़ी हमेशा स्पोर्ट्स की अगवाई करते अपने बाजवा जी हमेशा इन्हें बड़े चिर तो लगे आ ये भी स्पोर्ट अपने स्पोर्ट्स के हिंदुस्तान की आन शान सके उन्होंने संविधांजलि समारोह असी सीगा रखा रोपड़ जिले के पिंड तख्तगढ़ के DAV स्कूल के अज असी रखा सीगा तो अज बड़िया शख्सियत थानू पता भी इलाके दियाँ पंच सरपंच साहबान राजनीतिक धार्मिक जिहड़ियां शख्सियत के जिहड़े पदवंते सज्जन अज इत्थे पहुंचे ने समाज सेवी बाबा बलबीर सिंह जी सीचेवाल तो अपना पद्म श्री करतार सिंह जी पहलवान वो सारे बड़े गिणती इलाके के पदवंत सज्जन पहुंचे जी अज इत्थे शहीद सानू बड़ी खुशी अज इस गल दी अज कारगिल का जिहड़ा कल थानू पता वा शहीदी दिवस सीगा कारगिल दिवस सीगा अज असी जिहड़े शहीदां दा इत्थे सन्मान असी पहला भी करदे ने इलाकां दे शहीदां सन्मान तो हुण भी सानू अज सुभाग साडे क्लब नूं प्राप्त हो सन्मान करे बाजवा जी आरोप प्रत्यारोप टीम लै गए भारत सरकार की मंजूरी नहीं ली वो एक संयोग सी या तुसीं जिस तरह दस्सिया कि नानक नाम लेवा सी की कहानी सी उहदे विच की कहना चाहोगे? मैं तुहानू दस्सां जी जिहड़ा वो असी गए सीगे तुहानू बड़े तुसीं जाणी जाणो मेरे पत्रकार वीर साडी टीम दे विच पंज पुलिस दे मुलाजम सीगे सब इंस्पैक्टर जिहड़े खिडारी सीगे उन्होंने अपने डिपार्टमेंट से छुट्टी ली। अच्छा ठीक है जी मंजूरी प्रॉपर ली तो बीजे लगे लेके 20 प्लेयर असी उत्थे गए सीगे ये किवें हो सकता भी असी पाकिस्तान गुरु नानक साहब का 550वें समर्पित एक खेड मेला सीगा उहदे च साडा फर्ज सी भाई पाकिस्तान ने इनविटेशन भेजा सीगा भी जिहड़ा गुरु नानक साहब का बहुत बड़ा एक 550वां ईवेंट उत्थे हो रहा उन्हूं लै करके असी टीम नूं पाकिस्तान गए सीगे उहदी मैनूं दास नूं करन दी अगवाई मिली सीगी सारियां सरकारां नूं पता है सारे सिस्टम नूं पता है तुसीं कहते हो सरकार दे इंप्लाई जा रहे हैं वह बिना छुट्टी ले तो पाकिस्तान चले गए। ठीक है जी उहदे च आरोप ला दिता कि बाजवा जी तां जिला कबड्डी सॉरी फैडरेशन दे प्रधान सीगे कि सूबे दे जां देश पद्धर दा ही अपना इनीशिएटिव लै गए ਉਹ ਕਿਵੇਂ ਸੰਭਵ ਹੋ ਪਾਇਆ ਕੋਈ ਮਹਾਰਾਜ ਦੀ ਕਿਰਪਾ ਸੀ ਕਿ ਕੋਈ ਗੱਲ ਸੱਚ ਉਹ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਸੀਗੀ ਐਡਾ ਵੱਡਾ ਮੇਰਾ ਸੁਭਾਗ ਸੀਗਾ ਵੀ ਮੈਨੂੰ ਉਸ ਈਵੈਂਟ ਜਾਣ ਦਾ ਮੌਕਾ ਮਿਲਿਆ ਅਤੇ ਉਹ ਜਿਹੜਾ ਸਮਰਪਿਤ ਟੂਰਨਾਮੈਂਟ ਸੀਗਾ ਗੁਰੂ ਨਾਨਕ ਸਾਹਿਬ ਦੇ 550ਵੇਂ ਸਮਰਪਿਤ ਸੀਗਾ ਇਹ ਵਿਰੋਧੀ ਧਿਰਾਂ ਦਾ ਕੰਮ ਹੈ ਆਰੋਪ ਲਾਉਣਾ ਲੇਕਿਨ ਮੈਂ ਤੁਹਾਨੂੰ ਬੜੀ ਕਲੀਅਰਲੀ ਦੱਸ ਦਵਾਂ ਬਾਜਵਾ ਜੀ ਨੂੰ ਉਮੀਦਵਾਰ ਤੌਰ 'ਤੇ ਦੇਖਿਆ ਜਾ ਰਿਹਾ ਕਿ ਸ਼ਾਇਦ ਉਹ ਚੋਣ ਲੜ ਰਹੇ ਅਤੇ ਕਿਸੇ ਪਾਰਟੀ ਨਾਲ ਸੰਬੰਧ ਵੀ ਹੈ ਕਿ ਦੇਖੋ ਹਾਲੇ ਤੱਕ ਮੈਂ ਕਿਸੇ ਪਾਰਟੀ ਦਾ ਵਰਕਰ ਨਹੀਂ ਕਿਸੇ ਦਾ ਮੈਂਬਰ ਨਹੀਂ ਮੈਂ ਕੋਈ ਪਾਰਟੀ ਜੁਆਇਨ ਨਹੀਂ ਕਰੀ ਮੈਂ ਇੱਕ ਸਮਾਜ ਸੇਵੀ ਹਾਂ ਪਿਛਲੇ 30 ਸਾਲਾਂ ਤੋਂ ਅੱਜ ਵੀ ਸਮਾਜ ਸੇਵੀ ਹਾਂ ਕੱਲ੍ਹ ਨੂੰ ਕੋਈ ਬਾਹਰ ਦੇ ਇਲਾਕਿਆਂ ਦੇ ਲਾ ਕੇ ਇੱਥੇ ਇਲੈਕਸ਼ਨ ਲੜਦੇ ਹੈ ਜੇ ਕੋਈ ਸਮਾਜ ਸੇਵੀ ਇਲਾਕੇ 'ਤੇ ਲੜ ਲੂ ਕੋਈ ਗੁਨਾਹ ਹੋ ਜੂ?
ਠੀਕ ਹੈ ਜੀ ਜੋ ਉਹ ਵੀ ਆਊਗਾ ਉਹ ਵੀ ਤੁਹਾਨੂੰ ਦੱਸਾਂਗੇ ਉਹ ਵੀ ਸਮਾਂ ਆਊਗਾ ਤੁਹਾਨੂੰ ਦੱਸਾਂਗੇ ਲੜ ਸਕਦੇ ਰੋਪ ਲਾਉਂਦੇ ਆ ਉਹਨਾਂ ਦੀ ਏ ਟੀਮ ਬੀ ਟੀਮ ਹੈ ਉਹ ਯਾਰ ਦੇਖੋ ਜੀ ਸੰਦੋਆ ਸਾਹਿਬ ਕੀ ਕਹਿੰਦੇ ਚੀਮਾ ਸਾਹਿਬ ਕੀ ਕਹਿੰਦੇ ਵਰਿੰਦਰ ਢਿੱਲੋਂ ਜੀ ਕੀ ਕਹਿੰਦੇ ਆ ਉਹ ਤੁਹਾਨੂੰ ਥੋੜ੍ਹੇ ਦਿਨਾਂ ਸਭ ਕੁਝ ਸਾਹਮਣੇ ਆ ਜਾਣਾ ਕੋਈ ਘਬਰਾਉਣ ਦੀ ਲੋੜ ਨਹੀਂ ਬਾਕੀ ਅੱਜ ਤੱਕ ਮੈਂ ਵੀ ਢਿੱਲ ਅੱਜ ਜਿਹੜਾ ਅਸੀਂ ਸਮਾਗਮ ਅੱਜ ਤੱਕ ਅਸੀਂ ਸਿਆਸੀ ਨਹੀਂ ਹੈਗੇ ਅਸੀਂ ਸਮਾਜ ਸੇਵੀ ਹੈ ਸਮਾਜ ਸੇਵਾ ਦਾ ਅਸੀਂ ਕਾਰਜ ਕਰਿਆ ਜੇ ਕੱਲ ਨੂੰ ਆਵਾਂਗੇ ਡਾਂਕੇ ਦੀ ਚੋਟ ਨਾ ਮੰਗਿਆ ਅਸੀਂ ਡਰਦੇ ਥੋੜ੍ਹੇ ਜਾਂ ਗੁਰਦਾਸਪੁਰ ਵਾਲੇ ਤੇ ਤਰਨ ਤਰਨ ਵਾਲਿਆਂ ਦੇ ਆਹ ਸ਼ਰਿਆਮ ਆਵਾਂਗੇ ਡਾਂਕੇ ਦੀ ਚੋਟ ਦੇ ਵਿੱਚ ਲੁਕੇ ਚੱਲਣ ਦੀ ਕੀ ਲੋੜ ਹੈ ਠੀਕ ਹੈ ਜੀ ਉਹਨਾਂ ਦੇ ਰੋਪਾਂ ਨਕਾਰ ਦਿਓ ਉਹਨਾਂ ਦੇ ਰੋਪ ਨੇ ਬਿਲਕੁਲ ਮੈਂ ਖੰਡਨ ਕਰਦਾ ਦੂਜਾ ਤੁਸੀਂ ਲਿਖਿਆ ਸੀਗਾ ਬਈ ਮੈਂ ਉਹ ਚਲੋ ਕੱਲ ਨੂੰ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਰੋਪੜ ਦੇ ਵਿੱਚ ਅੱਜ ਦੇ ਪ੍ਰੋਗਰਾਮ ਬਾਰੇ ਵੀ ਦੱਸਾਂਗੇ ਕੀ ਰੁਕਾਵਟਾਂ ਪਾਈਆਂ ਗਈਆਂ ਕੀ ਜਿਹੜੇ ਇੱਥੇ ਉਹਨਾਂ ਨੇ ਅੱਜ ਗੁੱਲ ਖਿਲਾਏ ਆ ਜਿਹੜੀਆਂ ਵਿਰੋਧੀ ਸਿਆਸੀ ਤਰ੍ਹਾਂ ਹਾਲਾਂਕਿ ਸਾਡਾ ਸੀ ਮੈਨੂੰ ਇਹ ਖੁਸ਼ੀ ਹੋਊਗੀ ਉਹ 20 ਲੱਖ ਦਾ ਸਨਮਾਨ ਕਰਨ ਪਰਿਵਾਰਾਂ ਦਾ ਉਹ ਵੱਡੇ ਬੱਚਿਆਂ ਨੂੰ ਕਦੇ 20 ਲੱਖ ਦੇ ਦੇਣ ਸਾਨੂੰ ਖੁਸ਼ੀ ਹੋਊਗੀ ਹੈਲਥੀ ਕੰਪੀਟੀਸ਼ਨ ਕਰਨ ਅਤੇ ਇੱਦਾਂ ਦੀਆਂ ਘਟੀਆਂ ਹਰਕਤਾਂ ਨਾ ਕਰਨ ਇਲਾਕੇ ਦੇ ਲੋਕਾਂ ਨੂੰ ਮੈਂ ਕੱਲ੍ਹ ਸਾਰਾ ਉਹਨਾਂ ਦੇ ਬਾਰੇ ਜਾਣੂ ਕਰਾਊਂਗਾ ਸਾਰਾ ਉਹਨਾਂ ਨੂੰ ਨੰਗੇ ਕਰੂੰਗਾ ਕੱਲ੍ਹ।